ए, जी, जी। ग्रांटी ग्रांटी ए, अच्छा 40 वाली दौड़ ਦਾ ਜਦੋਂ ਤੁਸੀਂ ਗੁਰੂ ਨਾਨਕ ਸੌਰੀ 40 ਵਾਲੀ ਦੌੜ ਦਾ ਜਦੋਂ ਤੁਸੀਂ ਮੈਦਾਨ ਜਿੱਤਿਆ ਜਿਹੜਾ ਇੰਡੀਆ ਦੇ ਸਰਦਾਰਾਂ ਨੇ ਕਰਾਈ ਸੀ ਦੌੜ ਜੀ ਫਿਰ ਉਸ ਤੋਂ ਬਾਅਦ ਤੁਸੀਂ ਕਿਹੜੀ ਦੌੜ ਜਿੱਤੀ ਜੀ ਉਸ ਤੋਂ ਬਾਅਦ ਜੀ ਅਸੀਂ 31 ਗਾਰੰਟੀਆਂ ਵਾਲੀ ਚ ਜਿੱਤ ਤਰ ਐ ਸ਼ੋਰ ਕੋਰਟ ਤੇ ਲੱਗੇ ਜੀ ਸ਼ੋਰ ਕੋਰਟ ਤੇ ਲੱਗੇ ਜੀ ਅੱਛਾ ਜੀ ਉੱਥੇ ਜਿੱਤੀ ਜੀ ਅਸੀਂ ਦੌੜ ਉਹ ਕਿਸ ਕੈਟਾਗਰੀ ਦੀ ਦੌੜ ਸੀ ਜੀ ਉਹ ਵੀ ਓਪਨ ਸੀਗੀ ਦੌੜ ਸੀ ਮੇਲੇ ਦੀ ਸੀ ਜੀ ਮੇਲੇ ਦੀ ਦੌੜ ਸੀਗੀ ਅੱਛਾ ਜੀ ਹਾਂ ਜੀ ਉਹ ਤਕਰੀਬਨ 40 ਵਾਲੀ ਦੌੜ ਤੋਂ ਅੱਠ ਦਿਨ ਬਾਅਦ ਇਹ ਦੌੜ ਆ ਗਈ ਸੀ। ਅੱਛਾ ਇਹ ਵੀ ਚੰਗੇ ਨੰਬਰ ਦੌੜ ਹੁੰਦੀ ਚੱਲ ਕੇ ਦੀ। ਨਾ ਦੌੜ ਸੀਗੀ ਜੀ ਇਹ ਵੀ ਮੇਲੇ ਦੀ ਦੌੜ ਸੀਗੀ ਇਹ। ਅੱਛਾ ਜੀ। ਹਾਂਜੀ ਇਹ ਜਿੱਤੀ ਜੀ ਅਸੀਂ। ਤੇ ਇਹਦੇ ਨਾਲ ਤੁਸੀਂ ਜੋੜ ਕੇ ਇਹਦੇ ਨਾਲ ਬਣਾਇਆ ਸੀ ਇੱਥੇ। ਇਹ ਵੀ ਇੱਥੇ ਸ਼ੇਰਾਂ ਵਾਲੇ ਭਾਗ ਤਖਾਰ ਵਾਲੇ ਬੱਚੇ। ਸੂਰਜ ਨਾਲੀ। ਸੂਰਜ ਨਹੀਂ ਅਸੀਂ ਜਿੱਤੀ। ਅੱਛਾ। ਤੇ ਰਾਉਂਡ ਤੇ ਫਾਈਨਲ ਕਿੰਨੇ ਪਹੁੰਚਾਇਆ ਜੀ? ਉਸਤਾਦ ਜ਼ਾਹਦ ਨੇ। ਉਸਤਾਦ ਜ਼ਾਹਦ ਨੇ ਵੀ ਆਇਆ ਜੀ। ਰਾਉਂਡ ਵੀ ਇਹ ਜੀ। ਇਹ ਵੀ तकरीबन ਦੋ ਦੌੜਾ ਉਸਤਾਦ ਸ਼ੀਰ ਨੇ ਭਜਾਇਆ ਬੌਲਦ। ਟੋਟਲ ਜੀ। ਟੋਟਲ। ਨਹੀਂ ਤਾਂ ਉਸਤਾਦ ਜ਼ਾਹਦ ਨਹੀਂ ਬੱਛਾ ਪ ਨਢੇ ਨਿਮੇ ਅਸੀਂ ਹਾਰ ਗਏ ਸੀਗੇ ਜੀ ਅੱਛਾ ਜੀ ਹਾਂਜੀ ਸਹੀ ਜੀ 99 ਹਾਰ ਗਏ ਸੀਗੇ ਫਿਰ ਨਾਰੇ ਡਾਢੇ ਗਏ ਸੀ ਉੱਥੇ ਵੀ ਫਿਰ ਸਾਡੇ ਨਾਲ ਲੱਗਣ ਲੱਗੇ ਸੀ ਸ਼ੇਰ ਦਿਲ ਬੌਲਦ ਤੇ ਨਵਾਬ ਬੌਲਦ ਅੱਛਾ ਜੀ ਹਾਂਜੀ ਅਸੀਂ ਫਿਰ ਉੱਥੇ ਮਾਹੀ ਨਾ ਭੱਜੇ ਨਾਰੇ ਡਾਢੇ ਜਾ ਕੇ ਠੀਕ ਜੀ ਉੱਥੇ ਅਸੀਂ ਇਹਨਾਂ ਕੋਲ ਹਾਰ ਗਏ ਸੀ ਤੁਸੀਂ ਰੌਂਡ ਛੱਡ ਗਏ ਜੀ ਰੌਂਡ 'ਚ ਹਾਰ ਗਏ ਅੱਛਾ ਜੀ ਹਾਂਜੀ ਸਹੀ ਫਿਰ ਮੁੜ ਕੇ ਅਸੀਂ ਭੱਜੇ ਜੀ ਨਾਰੇ ਡਾ ਨਾਰੇ ਇੱਥੇ ਆਪਣੇ ਅਕਿਆਣੇ ਅੱਛਾ ਜੀ ਬਾਦਲ ਬੌਲ ਕੈਰੋਂ ਵਾਲੇ ਨਾਲ ਠੀਕ ਜੀ ਹਾਂਜੀ ਉੱਥੇ ਵੀ ਅਸੀਂ ਜੱਕ ਰੱਖਨੇ ਹਰਗੇ ਸੀ ਅੱਛਾ ਉਥੇ ਵੀ ਲੂਜ਼ ਹੋ ਗਏ ਤੁਸੀਂ ਰੌਣਚੇ ਹਾਂਜੀ ਉਹ ਉਥੇ ਰੌਣਚੇ ਉਸਤਾਦ ਜ਼ਾਹਦ ਇਸਵਾਰਸੀ ਜੀ ਉਸਤਾਦ ਜ਼ਾਹਦ ਇਸਵਾਰਸੀ ਠੀਕ ਜੀ ਹਾਂਜੀ ਮੁੜ ਕੇ ਜਿਹੜਾ ਹੈਗਾ ਅਸੀਂ ਫਿਰ ਸਾਡੇ ਕੋਲ ਮੂਨ ਪਟਵਾਰੀ 160 ਘਟਾਰੀਆਂ ਆ ਗਏ ਹਾਂਜੀ ਅਰਬੀ ਬੈਲ ਜੀ ਅਰਬੀ ਬੈਲ ਵਾਲੇ ਉਹਨਾਂ ਨੇ ਸਾਨੂੰ ਕਿਹਾ ਬੱਚਾ ਦੋ ਸਾਨੂੰ ਅੱਛਾ ਜੀ ਅਸੀਂ ਦੌੜ ਕਰਾਣੀ ਸੀ ਫਿਰ ਅਸੀਂ ਉਸ ਬੱਚਾ ਉਹਨਾਂ ਨੂੰ ਦਿੱਤਾ ਅੱਛਾ ਜੀ ਤੇ ਮਾਸ਼ਾਅੱਲਾ ਦੌੜ ਵੀ ਵਨ ਕੀਤੀ ਬੋਲਦਾ ਨਹੀਂ ਉਹ ਦੌੜ ਤੇ ਬੜੇ ਨਾਮ ਵਰ ਵਨ ਕੀਤੇ ਜੀ ਹਾਂਜੀ ਬਹੁਤ ਨਾਮ ਵਰ ਦੌੜ ਚ ਗਈ ਤੇ ਉਹ ਭੱਜੀ ਜਿੱਤ ਗਈ ਸੀ ਮਾਸ਼ਾਅੱਲਾ ਸਹੀ ਜੀ ਅੱਛਾ ਜਦੋਂ 40 ਵਾਲੀ ਦੌੜ ਸੀ ਜਿੱਤੀ ਮੂਨ ਪਟਵਾਰੀ ਦੇ ਨਾਲ ਜੀ ਅਰਬੀ ਬੈਲ ਦੇ ਨਾਲ ਹਾਂਜੀ ਤੇ ਜਦੋਂ ਤੁਹਾਡਾ ਬੈਲ ਪਿੱਛੇ ਰਹਿ ਗਿਆ ਸੀਗਾ 우ਸਤਾਦ ਸ਼ੀਰਾ ਉਹਨੂੰ ਸਵਾਰੀ ਕਰ ਰਹੇ ਸੀਗੇ ਉਦੋਂ ਤੁਹਾਨੂੰ ਕੀ ਲੱਗਦਾ ਸੀਗਾ ਵੀ ਅੱਜ ਗਏ ਮੈਂ ਤਾਂ ਗਿਆ ਸੀਗਾ ਵੀ ਬੌਲਦ ਹਰ ਗਏ ਜੀ ਅੱਛਾ ਪੂਰੀ ਤੁਹਾਡੀ ਸੀ ਜ਼ੇਰ ਸੀਗੇ ਬਸ ਪੂਰਾ ਦਿਨ ਸੀਗਾ ਜੀ ਬੌਲਦ ਹਰ ਗਏ ਕਿਉਂ ਬਹੁਤ ਪਿੱਛੇ ਰਹਿ ਗਏ ਸੀ ਅੱਛਾ ਜੀ ਦੂਸਰੇ ਬੌਲ ਸਾਨੂੰ ਦਿਖਦੇ ਵੀ ਨਹੀਂ ਸੀਗੇ ਇਹ ਬੌਲ ਸਾਨੂੰ ਦਿਖਦੇ ਇਹ ਕੋਲੀ ਖੜਾ ਸੀ ਨਜ਼ਰਾਂ ਵਿੱਚ ਨੇੜੇ ਜਿੰਮੇ ਦਾ ਹਰਗੇ ਕੋਈ ਅੱਛਾ ਜੀ ਤੇ ਮਾਸ਼ਾਅੱਲਾ ਜੀ ਸਾਨੂੰ ਪਤਾ ਲੱਗਿਆ ਬਹੁਤ ਜਿੱਤ ਗਏ ਜੀ ਅੱਛਾ ਉਹ ਫਿਰ ਤੁਸੀਂ ਜਿੱਤ ਦਾ ਦੇ ਬਾਅਦ ਸਕਰੀਨ ਤੇ ਦੇਖਿਆ ਨਾ ਮੌਕੇ ਤੇ ਜਿੱਤਦਾ ਤੇ ਨਹੀਂ ਦਿਖਿਆ ਹੋਣਾ ਨਹੀਂ ਨਹੀਂ ਮੌਕੇ ਦੇ ਸਿੱਧੇ ਪਿੱਛੇ ਸੀ ਨਾ ਛੜਾਨ ਗਏ ਹੋਏ ਸੀ ਹਾਂਜੀ ਹਾਂਜੀ ਪਿੱਛੇ ਸੀਗੇ ਅੱਛਾ ਜੀ ਤੇ ਬਹੁਤ ਮਾਸ਼ਾਅੱਲਾ ਚੰਗੀ ਬਹੁਤ ਭੱਜੀ ਸੀ ਤੇ ਜਦੋਂ ਫਿਰ ਤੁਹਾਨੂੰ ਪਹਿਲੇ ਤੁਸੀਂ ਦਿਲ ਛੱਡ ਦਿੱਤਾ ਸੀ ਵੀ ਹਰ ਗਏ ਤੁਸੀਂ ਜ਼ੇਹਨ ਬਣਾ ਲਿਆ ਸੀ ਕਿ ਜੋ ਤੁਹਾਨੂੰ ਪਤਾ ਲੱਗਿਆ ਕਿ ਜਿੱਤ ਗਏ ਆ ਫਿਰ ਕਿਦਾਂ ਤੁਹਾਨੂੰ ਖੁਸ਼ੀ ਹੋਈ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਕਿ ਜੋ ਤੁਸੀਂ ਫਿਰ ਵੀਡੀਓ 'ਚ ਦੇਖਿਆ ਫਿਰ ਉੱਥੋਂ ਜ਼ ਬੜੇ ਸੋਹਣੇ ਲੱਗੇ ਪਾਇਦੇ ਸਹੀ ਜੀ ਤੇ ਉਸ ਤੋਂ ਬਾਅਦ ਵੀ ਕੋਈ ਦੌੜ ਜਿੱਤੇ ਜੀ ਉਸ ਤੋਂ ਬਾਅਦ ਅਸੀਂ ਭੱਜੇ ਫਿਰ ਜੀ ਇਹਨਾਂ ਨੇ ਨਵਾਬ ਵਾਲਿਆਂ ਨੇ ਤਾਂ ਉਹਨਾਂ ਨੇ ਸਾਨੂੰ ਦੌੜ ਦਿੱਤੀ ਅੱਛਾ ਜੀ ਇੱਥੇ 350 ਚ ਅੱਛਾ ਜੀ ਸ਼ੇਰ ਦਿਲ ਬੋਲਦਾ ਠੀਕ ਜੀ ਤੇ ਰੌਣ ਜਿੱਤ ਕੇ ਦੀ ਸ਼ਾਮ ਨੂੰ ਅਸੀਂ ਫਿਰ ਦੂਸਰਾ ਨੰਬਰ ਕੀਤਾ ਸੀ ਸਹੀ ਜੀ ਉਹ ਤਾਂ ਕਿਹਦਾ ਨਾਂ ਬਣਾਇਆ ਸੀ ਜੋੜ ਜੀ ਅਰਬੀ ਬੋਲਦ ਨੇ ਅੱਛਾ ਕਟਾਰੀਆਂ ਵਾਲੇ ਕਟਾਰੀਆਂ ਵਾਲੇ ਬੋਲਦ ਨੇ ਅੱਛਾ ਜੀ ਹਾਂ ਜੀ ਇਹ ਵੀ ਉਨਾ ਹੀ ਭੱਜੇ ਦੂਸਰੇ ਨੰਬਰ ਤੇ ਫਿਰ ਅਸੀਂ ਇੱਥੇ ਲੱਗੇ ਸੀ ਇੱਥੇ ਅਸੀਂ ਦੂਸਰੇ ਨੰਬਰ 'ਚ ਲੱਗੇ ਜੀ 350 ਚ ਸਹੀ ਜੀ ਹਾਂ ਜੀ ਤੇ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਫਿਰ ਅਸੀਂ ਗੋਖਵਾਲ ਭੱਜੇ ਸਿਧਾਦੇਪੁਰ ਕਲਿਆਣਪੁਰੀਏ ਨਾ ਅੱਛਾ ਜੀ ਉਹ ਆਲ ਓਪਨ ਦੌੜ ਸੀ ਆਲ ਓਪਨ ਦੌੜ ਸੀਗੀ ਅਬੀ ਉੱਥੇ ਫਿਰ ਅਸੀਂ ਲੱਗੇ ਉੱਥੇ ਵੀ ਦੂਸਰੇ ਨੰਬਰ ਤੇ ਲੱਗੇ ਸੀ ਅੱਛਾ ਹੁਣ ਤੁਸੀਂ ਕੋਈ ਦੋਂਦੇ ਦੀ ਦੌੜ ਆਵੇ ਫਿਰ ਤਾਂ ਭਜਉਂਦੇ ਨੇ ਹੋਣੇ ਓਪਨ ਹੀ ਭਜਉਂਦੇ ਆਂਦੀ ਅਸੀਂ ਜਿਆਦਾ ਓਪਨ ਚ ਪਾ ਲਿਆ ਨਾ ਇਹ ਬੱਛਾ ਪੀ ਆਲ ਚ ਪਾ ਲਿਆ ਤੁਸੀਂ ਤੇ ਅਸੀਂ ਦੋਂਦਿਆਂ ਦੀ ਦੌੜ ਨਹੀਂ ਭਜਾਇਆ ਹੈਗਾ ਹੁਣ ਤੁਸੀਂ ਓਪਨ ਹੀ ਦੌੜ ਫੜਦੇ ਆ ਓਪਨ ਹੀ ਹਾਂਜੀ ਓਪਨ ਚ ਭਜਾਣੇ ਆਂ ਜੀ ਦੋਂਦੇ ਹੀ ਨਹੀਂ ਸੀ ਭਜਾਇਆ ਹੈਗਾ ਬਹੁਤ ਜੀ अच्छा जी ਤੁਸੀਂ ਬਜ਼ੁਰਗਾਂ ਦੇ ਦੌਰ ਦਾ ਸ਼ੌਕ ਕਰਦੇ ਆ ਰਹੇ ਹੋ ਪਹਿਲੇ ਸ਼ੌਕ ਕੀ ਤਾਂ ਇਨਵੈਸਟਮੈਂਟ ਕੀਤੀ ਲੇਕਿਨ ਤੁਸੀਂ ਫੇਮਸ ਨਹੀਂ ਹੋਏ ਤੁਹਾਡਾ ਬੈਲ ਨਹੀਂ ਪਹਿਲੇ ਨੰਬਰਾਂ ਚ ਗਿਆ ਹੁਣ ਪਹਿਲੇ ਨੰਬਰਾਂ ਜਾ ਰਿਹਾ ਤੁਹਾਡਾ ਤੁਹਾਡੇ ਦੋਸਤਾਂ ਦਾ ਤੁਹਾਡੀ ਫੈਮਿਲੀ ਦੇ ਕੀ ਜਜ਼ਬਾਤ ਹੈ ਜੀ ਬਹੁਤ ਜਜ਼ਬਾਤ ਹੈ ਜੀ ਖੁਸ਼ੀ ਬਹੁਤ ਹੈ ਜੀ ਦੁਆਵਾਂ ਬੜੀਆਂ ਸਹੀ ਪੂਰੇ ਚੱਕ ਦੀਆਂ ਜੀ ਸਹੀ ਜੀ ਹਾਂ ਜੀ ਇੱਕ ਚੱਕ ਦੀ ਪਛਾਣ ਹੋ ਜਾਂਦੀ ਹੈ ਨਾ ਜੀ ਚੱਕ ਚੱਕ ਵਾਲੇ ਬਹੁਤ ਜਾਂਦੇ ਆ ਜੀ ਮਗਰ ਪੱਛੇ ਪਿੰਡ ਵਾਲੇ ਪੂਰੇ ਜਾਂਦ ਪਹੁੰਚਦੇ ਪੂਰੇ ਜਾਂਦੇ ਆ ਜੀ ਹਾਂਜੀ ਸਹੀ ਜੀ ਫਿਰ ਤੁਹਾਨੂੰ ਖੁਸ਼ੀ ਹੁੰਦੀ ਜਦੋਂ ਲਾਲ ਭਰਾਚਾਰ ਖਲੋਤੇ ਹੁੰਦੇ ਆ ਬਿਲਕੁਲ ਜੀ ਖੁਸ਼ੀ ਤਾਂ ਫਿਰ ਹੁੰਦੀ ਆ ਜੀ ਸਾਰੇ ਪਿੰਡ ਸਾਰਾ ਤਕਰੀਬਨ ਬਹੁਤ ਪਿੰਡ ਜਾਂਦਾ ਜੀ ਮਗਰ ਅੱਛਾ ਭਾਜੀ ਖੀਰੋ ਤੋਂ ਲੈ ਕੇ ਖੀਰਾ ਭਜਿਆ ਦੋਂਦਾ ਭਜਿਆ ਤੇ ਦੋਂਦਾ ਹੋ ਕੇ ਵੀ ਤੁਸੀਂ ਦੋਂਦਾ ਨਹੀਂ ਪਹੁੰਚਾਉਂਦੇ ਓਪਨ ਦੌੜ ਪਹੁੰਚਾਉਂਦੇ ਆ ਹਾਂਜੀ ਐਸਾ ਨਾਮਵਰ ਬੈਲ ਭਜ ਜਾਂਦੇ ਆ ਜਿਹਦੇ ਨਾਲ ਵੀ ਜੋੜੋ ਆਪਣਾ ਵਨ ਕਰਦੇ ਆ ਜੀ ਮੋਸਟਲੀ ਜ਼ਿਆਦਾਤਰ ਹਾਂਜੀ ਠੀਕ ਤੇ ਹੁਣ ਤੁਹਾਨੂੰ ਕਿਸੇ ਬੰਦੇ ਨੇ ਐਡੀ ਅੱਛੀ ਪਰਫਾਰਮੈਂਸ ਦੇਖ ਕੇ ਕਿਸੇ ਨੇ ਤੁਹਾਨੂੰ ਕੋਈ ਆਫਰ ਕਰਾਈ ਕਿ ਇੰਨੇ ਪੈਸੇ ਲੈ ਲਓ ਸਾਨੂੰ ਬੈਲ ਦੇ ਦਿਓ ਆਫਰ ਤਾਂ ਬਹੁਤ ਹੋਈ ਏ ਬਹੁਤ ਆਫਰਾਂ ਹੋਈਆਂ ਮੈਨੂੰ ਕਿਹੜੇ ਦੋਸਤਾਂ ਨੇ ਆਫਰ ਕਰਵਾਈ ਜੀ ਇਹ ਜੀ ਦੋਸਤ ਤਾਂ ਕਈ ਸੀ ਕਿ ਕਈ ਬਹੁਤ ਆ ਬڑے ਫੋਨ ਜ਼ਿਆਦਾ ਹੈ ਸਹੀ ਚਲੋ ਤੁਸੀਂ ਦੋਸਤਾਨਾ ਸ਼ੋਅ ਨਹੀਂ ਕਰਨਾ ਚਾਹੁੰਦੇ ਵੈਸੇ ਪੈਸਿਆਂ ਦਾ ਕਿੱਥੋਂ ਤੱਕ ਆਫਰ ਕਰਾਈ ਜੀ ਵੈਸੇ ਬਹੁਤ ਕਹੇ ਜੀ ਸਾਨੂੰ ਕਿੱਥੋਂ ਤੱਕ ਗੱਲ ਤਾਂ ਕਰੋ ਤੁਹਾਡੇ ਨਾਲ ਵੀ ਸਾਨੂੰ ਦੱਸੋ ਤਾਂ ਸਹੀ ਵੀ ਕੀ ਲੈਣਾ ਦੇਣਾ ਜੀ ਨੀ ਅਸੀਂ ਵੇਚਣਾ ਨਹੀਂ ਅਸੀਂ ਭਜਾਣਾ ਸ਼ੋਅ ਕਰਨਾ ਅੱਛਾ ਜੀ ਹਾਂਜੀ ਕਿੰਨੇ ਕ ਪੈਸਿਆਂ ਤੱਕ ਦੀ ਆਫਰ ਹੋਈ ਹੈ ਜੀ ਤਕਰੀਬਨ ਜੀ 37 ਲੱਖ ਤੱਕ ਅੱਛਾ 37 ਲੱਖ ਤੱਕ ਆਫਰ ਹੋਈ ਹੈ ਹਾਂਜੀ ਲੇਕਿਨ ਤੁਹਾਡਾ ਤੇ ਸੇਲ ਕਰਨ ਦਾ ਇਰਾਦਾ ਨਹੀਂ ਕਿਉਂਕਿ ਇੰਨੇ ਟਾਈਮ ਤੋਂ ਬਾਅਦ ਕਿਤੇ ਰ ਆਪਣੇ ਤਨੋਸ਼ ਨੰਬਰਾਂ ਦੇ ਪਛਾਇਆ ਜੀ ਨੰਬਰ ਵਾਲੇ ਤੁਸੀਂ ਬਣੇ ਆ ਜੀ ਤੇ ਲੇਕਿਨ ਅਸੀਂ ਜਵਾਬ ਦਿੱਤਾ ਸੀ ਕਿ ਨਹੀਂ ਪਿਆਣਾ ਜਿਹੜਾ ਵਿਚਣਾ ਨਹੀਂ ਹੈਗਾ ਅੱਛਾ ਇਹ ਤੇ ਹੋ ਗਈ ਪਾਜੀ ਬੈਲ ਦੀ ਕੈਟਾਗਰੀ ਬੈਲ ਦੀ ਫੇਵਰੇਟ ਕਿ ਬੈਲ ਕਿੰਨਾ ਫੇਵਰੇਟ ਆ ਕਿੰਨਾ ਪਸੰਦ ਕੀਤਾ ਜਾਂਦਾ ਹੁਣ ਐਡਾ ਫੇਵਰੇਟ ਬੈਲ ਐਡੇ ਅੱਛੇ ਨਮਰਾਂ 'ਚ ਪਹੁੰਚਣ ਵਾਲਾ ਇਹਦੀ ਤੁਸੀਂ ਇਹ ਦੱਸੋਗੇ ਦਾ ਡਾਈਟ ਪਲਾਨ ਕੀ ਆ ਇਹਦੀ ਪ੍ਰੈਕਟਿਸ ਦਾ ਪਲਾਨ ਤੁਹਾਡਾ ਕੀ ਆ ਤੁਸੀਂ ਕਿਸ ਤਰ੍ਹਾਂ ਇਹਨੂੰ ਮੈਨੇਜ ਕਰਦੇ ਆ ਕਿਹੜਾ ਬੰਦਾ ਪ੍ਰੈਕਟਿਸ ਕਰਾਉਂਦਾ ਕਿਹੜਾ ਬੰਦਾ ਇਹਨੂੰ ਖਰਾਕ ਪਾਉਂਦਾ ਤੇ ਕਿੰਨੀ ਖਰਾਕ ਪਾਉਂਦੇ ਆ ਤੁਸੀਂ ਪੈਕਸੈਡ ਦਾ ਜੀ ਆ ਆਪਣਾ ਆ ਮੁੰਡਾ ਦੁੱਲਾ ਜੀ ਅੱਛਾ ਜੀ ਅਬਦੁੱਲਾ ਸਾਹਿਬ ਤੁਸੀਂ ਇਹਨੂੰ ਫੇਰ ਕੇ ਲਿਉਂਦੇ ਬੈਲ ਨੂੰ ਜੀ ਹਾਂਜੀ ਮੈਂ ਫੇਰ ਕੇ ਲਿਆਂਦਾ ਕਿਹੜੇ ਪਾਸੇ ਫੇਰਦੇ ਆ ਤੁਸੀਂ ਅਸੀਂ ਪਿੰਡ ਦੀ ਬਾਹਰ ਵਾਲੀ ਛੜਕਾ ਜੀ ਉਸ ਤੋਂ ਮਰੱਬਾ ਵਾਲੀ ਸਾਈਡ ਆ ਜੀ ਰੇਤਾ ਸੜਕ ਤੇ ਅੱਛਾ ਜੀ ਅਸੀਂ ਉਧਰ ਫੇਰੀਦਾ ਜੀ ਅੱਛਾ ਜਦੋਂ ਭਾਜੀ ਇਹ ਰੇਤਾ ਵਾਲੇ ਸੜਕ ਦੇ ਉੱਤੇ ਪਹੁੰਚਾਉਂਦੇ ਆ ਬੈਲ ਦੀ ਹੋਰ ਫੈਕਟਰੀ ਸੰਦੀ ਜ਼ੋਰ ਜ਼ਿਆਦਾ ਲੱਗਦਾ ਇੱਕ ਪਲੇਨ ਸੜਕ ਦੇ ਨਾਲ ਹਾਂਜੀ ਜ਼ੋਰ ਜ਼ਿਆਦਾ ਲੱਗਦਾ ਜ਼ੋਰ ਦਾ ਜ਼ਿਆਦਾ ਲੱਗਦਾ ਅੱਛਾ ਕਿੰਨਾ ਚਿਰ ਤੁਸੀਂ ਫੇਰਦੇ ਰਹਿੰਦੇ ਆ ਸਵੇਰ ਨੂੰ ਅਸੀਂ ਤਕਰੀਬਨ ਇਹਨੂੰ 9 10 ਮਰਬੇ ਲੈ ਕੇ ਜਾਈਦਾ 9 10 ਮਰਬੇ ਲੈ ਕੇ ਆਉਣਾ ਜੀ ਲੈ ਕੇ ਆਉਣਾ ਜੀ ਸਾਈਕਲ ਤੇ ਫੇਰੀ ਦਾ ਸਾਈਕਲ ਇਹ ਨਹੀਂ ਆਪ ਖਿੱਚ ਕੇ ਲੈ ਕੇ ਜਾਣਾ ਜੀ ਆਪ ਖਿੱਚ ਕੇ ਲੈ ਕੇ ਆਉਣਾ ਠੀਕ ਅਸੀਂ ਰਸਾ ਫਾੜ ਕੇ ਇਹਨੂੰ ਭਜਾਈ ਜਾਣਾ ਤੇ ਸਾਈਕਲ ਥੋੜਾ ਇਹਨੇ ਖਿੱਚਣਾ ਸਾਈਕਲ ਇਹਨੇ ਖਿੱਚਣਾ ਜੀ ਠੀਕ ਜੀ ਤੇ ਫਿਰ ਜਦੋਂ ਲੈ ਆਉਂਦੇ ਆ ਘਰ ਜੀ ਘਰ ਲਿਆ ਕੇ ਜੀ ਇਹਨੂੰ ਅੰਦਰ ਬੰਨੀਦਾ ਜੀ ਅੱਛਾ ਜੀ ਇਹਨੂੰ ਮੜੀਦਾ ਜੀ ਫਿਰ ਚਾਰ ਬੰਦੇ ਇਕੱਠੇ ਕਰਕੇ ਅੱਛਾ ਜੀ ਚਾਰ ਭਰਾ ਹੁੰਦੇ ਸੀ ਕਿ ਮਾਲ ਲਈਦਾ ਮਾਲ ਕੇ ਜੀ ਇਹਨੂੰ ਖਰਖਰਾ ਬੁਰੇ ਛੇ ਦਾ ਇਤੇ ਜੋ ਵੀ ਆਰੀ ਬਲੇਟ ਹਰਸ਼ਾ ਕਰਕੇ ਜੀ ਹਾਂਜੀ ਉਸ ਤੋਂ ਬਾਅਦ ਇਹਨੂੰ ਪੱਠੇ ਪਾਈ ਦੀ ਅੱਛਾ ਜੀ ਪੱਠੇ ਥੋੜੇ ਜਿਹਾ ਖਲਾ ਕੇ ਜੀ ਫਿਰ ਇਹਦਾ ਧੋਈ ਦਾ ਵੀ ਆ ਜੀ ਦਾ ਸਹੀ ਧੋਈ ਦਾ ਕਰਨਾ ਧੋਣਾ ਕਰਨਾ ਹਰਸ਼ਾ ਕਰੀ ਦੀ ਅੱਛਾ ਜੀ ਫਿਰ ਪਾਣੀ ਪੂਣੀ ਪੜਾਈਦਾ ਜੀ ਆਪ ਇਹਦੀ ਦੇਖਭਾਲ ਪਾਈ ਸ਼ਹਜ਼ਾਦ ਕਰਦੇ ਆ ਜੀ ਖਾਣ ਪੀਣ ਵੀ ਫਿਰ ਕਿ ਲਿਓਣੀ ਮੇਰੀ ਜ਼ਿੰਮੇਵਾਰੀ ਹੈ ਖਾਣ ਪੀਣ ਦੀ ਹੋ ਸ਼ਹਜ਼ਾਦ ਦੀ ਅੱਛਾ ਤੇ ਪਾ ਜੀ ਮਰਬਾ ਸੇਬਾਂ ਦਾ ਦਿੰਦੇ ਆ ਰੈਗੂਲਰ ਜੀ ਤੁਸੀਂ ਉਹ ਹੋ ਜਾਂਦਾ ਹਾਂਜੀ ਹਾਂਜੀ ਉਹ ਦੇਈ ਦੇ ਅੱਛਾ ਮੇਰਾ ਰੋਜ਼ ਸਵੇਰ ਟਾਈਮ ਦੇ ਦਈਏ ਅੱਛਾ ਜੀ ਹਾਂਜੀ ਤੇ ਘੋੜਾ ਵਗੈਰਾ ਤੁਸੀਂ ਕਿਹੜੇ ਤਰੀਕੇ ਨਾਲ ਦਿੰਦੇ ਆ ਜੀ ਕਿ ਉਹ ਸ਼ਾਮ ਨੂੰ ਦੇ ਦਈ ਜੀ ਕਾੜੇ ਵਿੱਚ ਬਣਾ ਕੇ ਦਿੰਦੇ ਕਾੜੇ ਵਿੱਚ ਬਣਾ ਕੇ ਅੱਛਾ ਜੀ ਹਾਂਜੀ ਕਾੜਾ ਬਣਾ ਕੇ ਉਹ ਦੇ ਲੇ ਸਹੀ ਜੀ ਹਾਂਜੀ ਦੇਖਿਆ ਜਾਂਦਾ ਕਿ ਬੈਲ ਜਦੋਂ ਚੰਗੇ ਭੱਜਦੇ ਆ ਹਾਂਜੀ ਉਹਨਾਂ ਦੇ ਬਹੁਤ ਜ਼ਿਆਦਾ ਬੱਡਨ ਪਾ ਦਿੱਤਾ ਜਾਂਦਾ ਕੋਈ ਦੌੜ ਮਿਸ ਨਹੀਂ ਕੀਤੀ ਜਾਂਦੀ ਫਿਰ ਕੋ ਮੈਡੀਸਿਨ ਦੀ ਵੀ ਵਿੱਚ ਉਹਨੂੰ ਪੁਸ਼ ਅਪ ਕੀਤਾ ਜਾਂਦਾ ਜਿਹਦੇ ਵਜ੍ਹਾ ਤੋਂ ਬੈਲ ਦੀ ਜਿਹੜੀ ਦੌੜ ਦੀ ਉਮਰ ਆ ਉਹ ਘਟ ਜਾਂਦੀ ਆ ਥੋੜਾ ਸੱਡੌੜ ਕੇ ਤੇ ਉਹ ਨਹੀਂ ਫੇ ਗੱਲ ਬੰਦੀ ਨਹੀਂ ਅਸੀਂ ਰੌਂਡ ਜ ਕਰੀ ਤੁਹਾਡਾ ਕੀ ਖਿਆਲ ਆ ਕਿ ਤੁਸੀਂ ਇੱਕ ਲੰਬਾ ਅਰਸਾ ਬਣਾਉਣਾ ਚਾਹੁੰਦੇ ਆ ਜੀ ਇਹਨੂੰ ਹਾਂਜੀ ਇਨਸ਼ਾਅੱਲਾ ਉਹਦੇ ਵਾਸਤੇ ਇੱਕਦਮ ਆ ਤੁਸੀਂ ਕੀ ਕਰਦੇ ਆ ਕਿ ਜਿਹੜੀ ਲੰਬੀ ਦੌੜ ਭੱਜਦਾ ਰਵੇ ਜੀ ਇਹ ਕੋਈ ਦੌੜ ਜਵੇ ਵਕਫਾ ਤੁਸੀਂ ਪਾਉਂਦੇ ਆ ਕਿ ਟੋਰੀ ਰੱਖਦੇ ਆ ਅਸੀਂ ਜੀ ਬਹੁਤ ਵਕਫਾ ਪਾ ਕੇ ਭਜਾਈਦਾ ਜੀ तकरीबन 15 20 ਦਿਨ ਦਾ ਵਕਫਾ ਪਾ ਕੇ ਭਜਾਉਂਦੇ ਆ ਬੱਚੇ ਅੱਛਾ ਜੀ ਮੁੜ ਕੇ ਮੈਡੀਸਿਨ ਵੀ ਅਸੀਂ ਕਰਦੇ ਹਾਂਗੇ ਬੱਚੇ ਅੱਛਾ ਜੀ ਹਾਂਜੀ ਫਾਈਨਲ ਟਾਈਮ ਹੀ ਕਰਦੇ ਆ ਮੈਡੀਸਨ ਤੁਸੀਂ ਪੂਰਾ ਉਮੀਦ ਆ ਕਿ ਤੁਹਾਡਾ ਬੈਲ ਧੇਰ ਤੱਕ ਦ ਇਨਸ਼ਾਅੱਲਾ ਭਜੇਗਾ ਜੀ ਦੇਰ ਤੱਕ ਭਜੇਗਾ ਜੀ ਦੇਰ ਤੱਕ ਭਜੇਗਾ ਜੀ ਜਿਸ ਤਰ੍ਹਾਂ ਭਾਜੀ ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਦੇ ਲੋਕ ਬਹੁਤ ਸਾਰੇ ਤੁਹਾਡੇ ਬੈਲ ਦੇ ਪਿੱਛੇ ਤੁਹਾਡੀ سپورਟ ਦੇ ਵਿੱਚ ਜਾਂਦੇ ਆ ਆਪਣੇ ਸ਼ੌਕ ਨੂੰ ਤੇ ਔਰ ਵੀ ਪੂਰੇ ਪਾਕਿਸਤਾਨ ਦੇ ਵਿੱਚ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੁਹਾਡੇ ਹੀਰੇ ਬੈਲ ਨੂੰ ਤੇ ਜਿਹੜੇ ਤੁਹਾਡੇ ਬੈਲ ਦੇ ਫੈਨ ਆ ਲੋਕ ਜੀ ਉਹਨਾਂ ਨੂੰ ਪਸੰਦ ਕਰਦੇ ਆ ਉਹਨਾਂ ਭਰਾਵਾਂ ਨੂੰ ਤੁਸੀਂ ਕੀ ਕਹੋਗੇ ਜੀ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਸ਼ੁਕਰ ਅਦਾ ਕਰਦੇ ਆ ਜੀ ਉਹਨਾਂ ਭਰਾਵਾਂ ਦਾ ਜੀ ਜਿਹੜੇ ਸਾਡੇ ਬਾਲ ਨੂੰ ਪਸੰਦ ਕਰਦੇ ਆ ਜੀ ਸਹੀ ਹਾਂਜੀ ਤੇ ਮਿਹਰਬਾਨੀ ਹੈ ਇਹ ਉਹਨਾਂ ਦੀ ਦੋਸਤੋ ਐਸਨ ਜੀ ਸ਼ਹਾਦ ਠੇਕੇਦਾਰ ਸਾਹਿਬ 345 ਗਾ ਬੇ ਖੀਖਾ ਬੰਗਲਾ ਤੇ ਅਸੀਂ ਇਹਨਾਂ ਦੇ ਮਸ਼ਕੂਰ ਆ ਜੀ ਜਿਨ੍ਹਾਂ ਨੇ ਤੁਹਾਡੇ ਰੋਬਰੋ ਜੀ ਆਪਣੇ ਸ਼ੌਕ ਦੇ ਮਤਲਕਾ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਓਨਰ ਹੀਰਾ ਬੈਲ 345 ਗਾ ਬੇ ਠੇਕੇਦਾਰਾਂ ਵਾਲਾ ਬੈਲ ਚੌਰੀ ਸ਼ਹਾਦ ਸਾਹਿਬ ਜੀ ਤੇ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਆ ਜੀ ਆਪਣਾ ਢੇਰ ਸਾਰਾ ਖਿਆਲ ਰੱਖੋ ਸਾਨੂੰ ਇਜਾਜ਼ਤ ਦਿਓ ਜੀ ਅੱਲਾਹ ਹਾਫਿਜ਼ ਅੱਲਾਹ ਨਿਗਹबान ਰੱਬ ਰੱਖਾ